ਹਾਜ਼ਰੀਨ ਸਤਿ ਸ੍ਰੀ ਅਕਾਲ ਨਮਸਕਾਰ ਤੇ ਸਲਾਮ ਚਲੋ ਉਹਨਾਂ ਮੁਹੱਲਿਆਂ ਵਿੱਚ ਹੋ ਆਈਏ ਜਿੱਥੇ ਕੋਈ ਨਹੀਂ ਸੁੱਤਾ ਚਲੋ ਉਹਨਾਂ ਮੁਹੱਲਿਆਂ ਵਿੱਚ ਹੋ ਆਈਏ ਜਿੱਥੇ ਕੋਈ ਨਹੀਂ ਸੁੱਤਾ ਉੱਥੇ ਬੱਦਲਾਂ ਵਿੱਚ ਬਾਰੂਦ ਦੀ ਬਦਬੂ ਹੈ ਉੱਥੇ ਕਣੀਆਂ ਮਰ ਰਹੀਆਂ ਨੇ ਜ਼ਹਿਰ ਵਿੱਚ ਘੁਲ ਕੇ ਇੱਥੇ ਕਿਸਦੀ ਉਡੀਕ ਵਿੱਚ ਬੈਠੇ ਹੋ ਚਲੋ ਉਹਨਾਂ ਮੁਹੱਲਿਆਂ ਨੂੰ ਦੇਖ ਆਈਏ ਕਿੰਜ ਆਪਣੇ ਖੂਨ ਵਿੱਚ ਨਹਾ ਸਕਦੇ ਨੇ ਕਿੰਜ ਗਲ ਘਰੋੜ ਕੇ ਗਾ ਸਕਦੇ ਨੇ ਹਾਲ ਚਾਲ ਆਪਣੀਆਂ ਲਾਸ਼ਾਂ ਦਾ ਪੁਛਾ ਸਕਦੇ ਨੇ ਹਾਜ਼ਰੀਨ ਆਪਣਾ ਪੇਪਰ ਜੰਗ ਲੋਕ ਅਤੇ ਕਵਿਤਾ ਮੈਂ ਬੰਗਾਲੀ ਕਵੀ ਲਾਲੂ ਦੀ ਕਾਵਿ ਰਚਨਾ ਉਹਨਾਂ ਮੁਹੱਲਿਆਂ ਵਿੱਚ ਨਾਲ ਸ਼ੁਰੂ ਕਰ ਰਹੀ ਹਾਂ ਲਾਲੂ ਦੀ ਇਸ ਕਵਿਤਾ ਦੇ ਇਹ ਬੋਲ ਜੰਗ ਦੁਆਰਾ ਹੋਈ ਤਬਾਹੀ ਦੀ ਮਾਰਮਿਕ ਤਸਵੀਰ ਪੇਸ਼ ਕਰਦੇ ਹਨ ਤੇ ਸਾਨੂੰ ਪ੍ਰੇਰਿਤ ਕਰਦੇ ਹਨ ਕਿ ਅਸੀਂ ਉਹਨਾਂ ਮੁਹੱਲਿਆਂ ਨੂੰ ਜਾ ਕੇ ਵੇਖੀਏ ਜਿੱਥੇ ਜੰਗ ਨੇ ਤਬਾਹੀ ਮਚਾਈ ਹੈ ਅਤੇ ਇਸ ਤੋਂ ਅਸੀਂ ਕੀ ਸਬਕ ਸਿੱਖਿਆ ਅੱਜ ਜੰਗ ਦੇ ਬੱਦਲ ਸਾਰੀ ਦੁਨੀਆ ਦੇ ਸਿਰਾਂ ਤੇ ਮੰਡਰਾ ਰਹੇ ਹਨ ਹਾਲ ਹੀ ਵਿੱਚ ਆਪਣੇ ਦੇਸ਼ ਦੀਆਂ ਸਰਹੱਦਾਂ ਤੇ ਹੋਏ ਤਣਾਓ ਕਰਕੇ ਸਾਡੇ ਸਰਹੱਦੀ ਵਸਦੇ ਭਰਾਵਾਂ ਤੇ ਭੈਣਾਂ ਨੂੰ ਇੱਕ ਵਾਰ ਫਿਰ ਆਪਣੇ ਘਰ ਛੱਡ ਕੇ ਬੇਘਰ ਹੋਣਾ ਪਿਆ ਉਹਨਾਂ ਲੋਕਾਂ ਦੀ ਪੀੜ ਉਹੀ ਸਮਝ ਸਕਦੇ ਨੇ ਪਰ ਕੁਝ ਲੋਕ ਇਸ ਜੰਗ ਨੂੰ ਪਛਾਣ ਨਹੀਂ ਸਕਦੇ ਉਹ ਸਮਝਦੇ ਹਨ ਕਿ ਹੁਣ ਸਭ ਕੁਝ ਸ਼ਾਂਤ ਹੈ ਪਰ ਕਵੀ ਲਾਲੜੂ ਤਾਂ ਕਹਿੰਦਾ ਹੈ ਅੱਜ ਇਹ ਮੁਹੱਲਾ ਸ਼ਾਂਤ ਹੈ ਅੱਜ ਇਹ ਮੁਹੱਲਾ ਸ਼ਾਂਤ ਹੈ ਕੌਣ ਜਾਣਦਾ ਕਿ ਅੱਗ ਕਿ ਲੱਗ ਸਕਦੀ ਹੈ ਅੱਗ ਇੱਥੇ ਵੀ ਸਿੱਲੇ ਘਾਹ ਨੂੰ ਕੌਣ ਜਾਣਦਾ ਹੈ ਕਿ ਲੱਗ ਸਕਦੀ ਹੈ ਅੱਗ ਇੱਥੇ ਵੀ ਸਿੱਲੇ ਘਾਹ ਨੂੰ ਕਿ ਹਵਾਵਾਂ ਵਿੱਚ ਸਾਂ-ਸਾਂ ਸੁਣੀ ਜਾ ਸਕਦੀ ਹੈ ਬੱਚਿਆਂ ਦੇ ਆਖਰੀ ਸਾਹਾਂ ਦੀ ਇਸ ਤੋਂ ਪਹਿਲਾਂ ਕਿ ਦਸਤਕ ਸੁਣੋ ਲਾਗਲੇ ਹਰੇ ਪੱਤਿਆਂ ਅਤੇ ਦੂਰ ਗਗਨ ਦੀ ਲਾਲੀ ਨੂੰ ਮਲੀਆ ਮੇਟ ਕਰਨ ਦੀ ਖੇਡ ਦਾ ਬੋਲਾ ਸੁਣੋ ਇਸ ਤੋਂ ਪਹਿਲਾਂ ਕਿ ਪਿਆਰ ਦੇ ਆਖਰੀ ਲਫ਼ਜ਼ ਦਫ਼ਨ ਹੋ ਜਾਣ ਚਲੋ ਉਹਨਾਂ ਮੁਹੱਲਿਆਂ ਵਿੱਚ ਹੋ ਆਈਏ ਕਵਿਤਾ ਹਮੇਸ਼ਾ ਅਮਨ ਦੀ ਗੱਲ ਕਰਦੀ ਆਈ ਹੈ ਪਿਆਰ ਕਰਨਾ ਸਿਖਾਉਂਦੀ ਆਈ ਹੈ ਪਿਆਰ ਦੇ ਇਹਨਾਂ ਲਫ਼ਜ਼ਾਂ ਨੂੰ ਬਚਾਉਣ ਲਈ ਹੀ ਦਰਜਨ ਜਥੇਬੰਦੀਆਂ ਵੱਲੋਂ ਬਣਾਏ ਗਏ ਇਸ ਫੋਰਮ ਨੇ ਅੱਜ ਦੀ ਇਸ ਇੰਡੋ ਪਾਕ ਅਮਨ ਰੈਲੀ ਦਾ ਹੀਲਾ ਕੀਤਾ ਹੈ ਇਸ ਤੋਂ ਪਹਿਲਾਂ ਕਿ ਪਿਆਰ ਦੇ ਆਖਰੀ ਲਫ਼ਜ਼ ਦਫ਼ਨ ਹੋ ਜਾਣ ਆਓ ਆਪਸੀ ਮਿਲਵਰਤਨ ਦੀਆਂ ਕਵਿਤਾਵਾਂ ਦੇ ਬੋਲਾਂ ਦੇ ਕੁਝ ਅਜਿਹੇ ਬੀਜ ਬੀਜੀਏ ਕਿ ਸਾਡੇ ਦਿਲਾਂ ਅੰਦਰ ਮੁਹੱਬਤ ਦੀ ਜੋਤ ਸਦਾ ਜਗਦੀ ਰਹੇ ਜੰਗ ਨੂੰ ਨਕਾਰਨ ਲਈ ਅੱਜ ਤੱਕ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ ਤਕਰੀਬਨ ਹਰ ਭਾਸ਼ਾ ਵਿੱਚ ਹੀ ਅਨੇਕਾਂ ਨਾਵਲ ਕਹਾਣੀਆਂ ਅਤੇ ਕਵਿਤਾਵਾਂ ਲਿਖੀਆਂ ਜਾ ਚੁੱਕੀਆਂ ਹਨ ਜੇ ਉਹਨਾਂ ਦਾ ਜ਼ਿਕਰ ਕਰਨ ਲੱਗੀਏ ਤਾਂ ਕਿੰਨੇ ਹੀ ਦਿਨ ਬੀਤ ਜਾਣਗੇ ਲੇਖਕਾਂ ਨੇ ਸਦਾ ਮਨੁੱਖ ਜਾਤੀ ਨੂੰ ਜੰਗ ਤੋਂ ਗੁਰੇਜ ਕਰਨ ਦਾ ਸੁਨੇਹਾ ਦਿੱਤਾ ਹੈ ਹੋਰ ਤਾਂ ਹੋਰ ਆਪਣੇ ਲੋਕ ਗੀਤਾਂ ਵਿੱਚ ਵੀ ਇਸ ਦਾ ਵਾਰ ਵਾਰ ਜ਼ਿਕਰ ਆਇਆ ਹੈ ਸਾਡੀਆਂ ਪੰਜਾਬੀ ਸੁਆਣੀਆਂ ਨੇ ਸਦੀਆਂ ਤੋਂ ਜੰਗ ਦਾ ਬਹੁਤ ਵੱਡਾ ਦੁੱਖ ਝੱਲਿਆ ਹੈ ਉਹਨਾਂ ਨੇ ਅੰਤਾਂ ਦਾ ਬਿਰਹਾ ਹੰਡਾਇਆ ਹੈ ਉਹਨਾਂ ਦੇ ਬੋਲਾਂ ਵਿੱਚ ਜੰਗ ਦਾ ਦਰਦ ਡੁੱਲ ਡੁੱਲ ਪੈਂਦਾ ਹੈ ਉਹਨਾਂ ਦੇ ਤਰਲੇ ਚੰਗੇ ਭਲੇ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੰਦੇ ਹਨ ਉਹ ਕਹਿੰਦੀਆਂ ਨੇ ਜੇ ਤੂੰ ਸਪਾਹੀਆ ਗਿਆ ਜੰਗ ਨੂੰ ਲਾ ਕੇ ਮੈਨੂੰ ਝੋਰਾ ਹੱਡਾਂ ਮੇਰਿਆਂ ਨੂੰ ਖਾ ਜਾਉ ਬਿਰਹਾ ਜਿਉਂ ਛੋਲਿਆਂ ਨੂੰ ਢੋਰਾ ਜੰਗ ਨੂੰ ਨਾ ਜਾਈ ਵੇ ਬਾਗਾਂ ਦੀਆਂ ਮੋਹਰਾਂ ਮੈਂ ਛੱਡ ਰਹੀ ਹਾਂ ਵਿੱਚੋਂ ਪੇਪਰ ਸਵਾਲ ਹੀ ਸਵਾਲ ਹਨ ਸਾਡੇ ਸਾਹਮਣੇ ਆਪਣੇ ਹੀ ਲੋਕਾਂ ਦੁਆਰਾ ਆਪਣੇ ਹੀ ਹਮਸਾਇਆਂ ਦੀ ਲੁੱਟ ਅਤੇ ਕਤਲ ਦੀਆਂ ਵਾਰਦਾਤਾਂ ਕਿਉਂ ਹੋਈਆਂ ਕੌਣ ਸੀ ਜਿਸਨੇ ਵਸਦੇ ਰਸਦੇ ਲੋਕਾਂ ਨੂੰ ਉਜਾੜ ਦਿੱਤਾ ਇਹੋ ਜਿਹੇ ਉਜਾੜੇ ਪਿੱਛੇ ਕਿਸ ਦੀ ਸਾਜਿਸ਼ ਹੁੰਦੀ ਹੈ ਇਹ ਕਹਾਣੀ ਦੋਵਾਂ ਪਾਸਿਆਂ ਦੇ ਅਣਗਿਣਤ ਪਰਿਵਾਰਾਂ ਨਾਲ ਕਿਸਦੀ ਸੋਚ ਕਰਕੇ ਦੁਹਰਾਈ ਗਈ ਉਹ ਜਿਹੜੇ ਕੁਝ ਚਿਰ ਪਹਿਲਾਂ ਬੜੇ ਇਤਫਾਕ ਨਾਲ ਇਕੱਠੇ ਵਸਦੇ ਸਨ ਅਚਾਨਕ ਇੱਕ ਦੂਜੇ ਦੇ ਲਹੂ ਦੇ ਪਿਆਸੇ ਕਿਉਂ ਹੋ ਗਏ ਸਵਾਲ ਹੀ ਸਵਾਲ ਹਨ ਸਾਡੇ ਸਾਹਮਣੇ ਅਤੇ ਮੈਂ ਸੋਚ ਰਹੀ ਹਾਂ ਕਿ ਹੱਸਦੇ ਵਸਦੇ ਲੋਕਾਂ ਦੇ ਘਰ ਉਜਾੜਨ ਵਾਲਿਆਂ ਦੇ ਦਿਲ ਕਿਉਂ ਪੱਥਰ ਹੋ ਗਏ ਬਾਬਾ ਨਜ਼ਮੀ ਦੀ ਕਵਿਤਾ ਯਾਦ ਆ ਗਈ ਗੋਲੀ ਅੰਨੀ ਗੂੰਗੀ ਬੋਲੀ ਗੋਲੀ ਅੰਨੀ ਗੂੰਗੀ ਬੋਲੀ ਸੰਗੀਓ ਇਹਦਾ ਸੰਗ ਨਹੀਂ ਚੰਗਾ
ਇਹਦਾ ਕੋਈ ਵੀ ਰੰਗ ਨਹੀਂ ਚੰਗਾ, ਇਹਦਾ ਕੋਈ ਵੀ ਫਾਇਦਾ ਨਹੀਂ ਹੈ, ਇਹਦਾ ਕੋਈ ਵੀ ਕਾਇਦਾ ਨਹੀਂ ਜੇ ਗੋਲੀ ਇਹਨਾਂ ਵੱਲੋਂ ਚੱਲੇ, ਗੋਲੀ ਉਹਨਾਂ ਵੱਲੋਂ ਚੱਲੇ, ਗੋਲੀ ਨਾਲ ਕੁਆੜਾ ਪੈਂਦਾ, ਗੋਲੀ ਨਾਲ ਉਜਾੜਾ ਪੈਂਦਾ, ਇੱਧਰ ਵੀ ਇਹ ਬੰਦਾ ਮਾਰੇ, ਉੱਧਰ ਵੀ ਇਹ ਬੰਦਾ ਮਾਰੇ, ਆਪਣੇ ਬੰਦੇ ਮਾਰਨ ਨਾਲੋਂ, ਕਬਰਾਂ ਵਿੱਚ ਉਤਾਰਨ ਨਾਲੋਂ, ਮੇਰੀ ਮੰਨੋ ਮੇਰੇ ਚੰਨੋ, ਇੱਕ ਦੂਜੇ ਦੇ ਸੀਨੇ ਲੱਗੋ, ਫੁੱਲਾਂ ਦੇ ਗੁਲਦਸਤੇ ਲੱਭੋ, ਬੰਦੇ ਖਾਣੀ ਗੋਲੀ ਦੱਬੋ, ਬੰਦੇ ਖਾਣੀ ਗੋਲੀ ਦੱਬੋ। ਧਰਤੀ ਦੇ ਕਿਸੇ ਟੁਕੜੇ ਪਿੱਛੇ ਲੜਾਈ ਕਿਉਂ? ਕੀ ਜ਼ਮੀਨ ਕਦੇ ਕਿਸੇ ਦੀ ਹੋਈ ਹੈ? ਦੋ ਵਿਸ਼ਵ ਯੁੱਧਾਂ ਤੋਂ ਅਸੀਂ ਕੀ ਸਿੱਖਿਆ? ਹੀਰੋ ਸ਼ਮਾ ਨਾਗਾਸਾਕੀ ਦੇ ਉਜਾੜੇ ਤੋਂ ਅਸੀਂ ਕੀ ਸਿੱਖਿਆ? ਉਹ ਜੋ ਆਪਣੇ ਮਫਾਦ ਲਈ ਲੋਕਾਂ ਦਾ ਕਤਲੇਆਮ ਕਰਦੇ ਹਨ, ਮੌਤ ਜਿਨ੍ਹਾਂ ਦਾ ਵਪਾਰ ਹੈ, ਆਮ ਲੋਕ ਜਿਨ੍ਹਾਂ ਦੀਆਂ ਚਲਾਕੀਆਂ ਨੂੰ ਨਹੀਂ ਸਮਝਦੇ, ਸ਼ਾਤਰ ਲੋਕ ਨਫ਼ਰਤ ਵੰਡਦੇ ਹਨ, ਨਫ਼ਰਤ ਫੈਲਾਉਂਦੇ ਹਨ ਅਤੇ ਆਪਣੇ ਵਪਾਰ ਚਲਾਉਂਦੇ ਹਨ, ਲੋਕ ਜ਼ੁਲਮ ਸਹਿੰਦੇ ਹਨ, ਲੜਦੇ ਮਰਦੇ ਹਨ। ਫੈਜ਼ ਅਹਿਮਦ ਫੈਜ਼ ਕਹਿੰਦਾ ਹੈ, ਯੂੰ ਹੀ ਹਮੇਸ਼ਾ ਉਲਝਦੀ ਰਹੀ ਹੈ ਜ਼ੁਲਮ ਸੇ ਖਲਕ, ਨਾ ਉਨਕੀ ਰਸਮ ਨਹੀਂ ਹੈ, ਨਾ ਆਪਣੀ ਰੀਤ ਨਹੀਂ ਹੈ, ਯੂੰ ਹੀ ਹਮੇਸ਼ਾ ਖਿਲਾਏ ਹੈ ਹਮਨੇ ਅੰਗਾਰੋਂ ਮੇ ਫੂਲ, ਨਾ ਉਨਕੀ ਹਾਰ ਨਹੀਂ ਹੈ, ਨਾ ਆਪਣੀ ਜੀਤ ਨਹੀਂ ਹੈ। ਅਮੀਰ ਦੇਸ਼ ਗਰੀਬ ਦੇਸ਼ਾਂ ਨੂੰ ਅਸਲਾ ਵੇਚਦੇ ਹਨ, ਗਰੀਬ ਦੇਸ਼ ਕਰਜ਼ਾ ਚੁੱਕ ਕੇ ਅਸਲਾ ਜਾਣੀ ਕਿ ਮੌਤ ਖਰੀਦਦੇ ਹਨ। ਸਾਥੀਓ, ਇਹਨਾਂ ਮੌਤ ਦੇ ਵਪਾਰੀਆਂ ਦੀਆਂ ਇਹਨਾਂ ਨੀਤੀਆਂ ਕਰਕੇ ਅੱਜ ਜੰਗ ਸਾਡੇ ਘਰਾਂ ਵਿੱਚ ਆ ਵੜੀ ਹੈ, ਜੰਗ ਸਾਡੇ ਪਰਿਵਾਰਾਂ ਵਿੱਚ ਆ ਵੜੀ ਹੈ, ਜੰਗ ਸਾਡੇ ਮਨਾਂ ਵਿੱਚ ਆ ਵੜੀ ਹੈ, ਜੰਗ ਸਾਡੇ ਬੱਚਿਆਂ ਦੇ ਦਿਮਾਗਾਂ ਵਿੱਚ ਆ ਵੜੀ ਹੈ। ਟੀਵੀ 'ਤੇ ਚੱਲਦੇ ਨਾਟਕਾਂ ਅਤੇ ਫਿਲਮਾਂ ਵਿੱਚ ਦਿਖਾਈ ਜਾਣ ਵਾਲੀ ਹਿੰਸਾ ਨੇ ਲੋਕਾਂ ਦੇ ਦਿਲਾਂ ਵਿੱਚੋਂ ਦਇਆ ਕੱਢ ਕੇ ਕਠੋਰਤਾ ਭਰ ਦਿੱਤੀ ਹੈ। ਇਸ ਲਈ ਥਾਂ ਥਾਂ 'ਤੇ ਕਾਤਲ ਅਤੇ ਬਲਾਤਕਾਰੀ ਪੈਦਾ ਹੋ ਗਏ ਹਨ। ਵੀਡੀਓ ਗੇਮਾਂ ਵਿੱਚ ਚੱਲਦੀਆਂ ਤਾਰਾਂ ਦੀ ਟੱਕਰ ਅਤੇ ਨਿਕਲਦੀ ਅੱਗ, ਠਾ ਠਾ ਚੱਲਦੀਆਂ ਮਸ਼ੀਨ ਗੱਲਾਂ ਅਤੇ ਗੋਲੀਆਂ ਸਾਡੇ ਬੱਚਿਆਂ ਨੂੰ ਕੀ ਸਿਖਾ ਰਹੀਆਂ ਨੇ? ਕੀ ਅਸੀਂ ਕਦੇ ਗੌਰ ਕੀਤਾ? ਅਸੀਂ ਇਸ ਜੰਗ ਨੂੰ ਪਛਾਣਨਾ ਹੈ, ਇਸ ਜੰਗ ਨੂੰ ਪਛਾੜਨਾ ਹੈ, ਪਛਾਣਨਾ ਹੈ ਕਿ ਇਸਦੇ ਬੀਜ ਕਿੱਥੇ ਪਏ ਹਨ, ਆਪਣੇ ਮਨਾਂ ਵਿੱਚੋਂ, ਆਪਣੇ ਘਰਾਂ ਵਿੱਚੋਂ, ਆਪਣੇ ਸਮਾਜ ਵਿੱਚੋਂ ਅਤੇ ਆਪਣੇ ਆਲੇ ਦੁਆਲੇ ਵਿੱਚੋਂ ਇਸ ਨਫ਼ਰਤ ਨੂੰ ਜੜੋਂ ਉਖਾੜਨਾ ਹੈ। ਅਸੀਂ ਲਾਈ ਲੱਗ ਨਹੀਂ ਕਿ ਕਿਸੇ ਮੀਡੀਏ ਜਾਂ ਮੌਤ ਦੇ ਕਿਸੇ ਵਪਾਰੀ ਦੇ ਪਿੱਛੇ ਲੱਗ ਕੇ ਆਪਣੇ ਹੀ ਹਮਸਾਇਆਂ ਦੇ ਖੂਨ ਵਿੱਚ ਹੱਥ ਧੋਈਏ ਜਾਂ ਜੰਗ ਵਰਗੇ ਮਾਹੌਲ ਨੂੰ ਬੜਾਵਾ ਦੇਈਏ। ਆਓ ਅਸੀਂ ਇਸ ਦੁਨੀਆਂ ਨੂੰ ਜਿਉਣ ਜੋਗੀ ਕਰਨ ਲਈ ਕੁਝ ਉਪਰਾਲਾ ਕਰੀਏ ਅਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਦੱਸੀਏ ਕਿ ਅਸੀਂ ਜੰਗ ਨਹੀਂ ਅਮਨ ਚਾਹੁੰਦੇ ਹਾਂ। ਯਾਦ ਰਹੇ ਕਿ ਜੰਗ ਵਿੱਚ ਨੁਕਸਾਨ ਆਮ ਲੋਕਾਂ ਦਾ ਹੁੰਦਾ ਹੈ, ਜੰਗ ਕਰਵਾਉਣ ਵਾਲਿਆਂ ਦਾ ਨਹੀਂ। ਸ਼ਿਵ ਕੁਮਾਰ ਬਟਾਲਵੀ ਦੇ ਇਹਨਾਂ ਬੋਲਾਂ ਨਾਲ ਮੈਂ ਆਪਣੀ ਗੱਲ ਖਤਮ ਕਰਦੀ ਹਾਂ ਕਿ ਆਇਓ ਵੇ ਕਲਮਾਂ ਵਾਲਿਓ, ਹਾੜਾ ਵੇ ਅਕਲਾਂ ਵਾਲਿਓ, ਅੱਜ ਅੱਖ ਚੁੱਭੀ ਅਮਨ ਦੀ, ਆਇਓ ਵੇ ਫੂਕਾਂ ਮਾਰਿਓ, ਆਇਓ ਵੇ ਫੂਕਾਂ ਮਾਰਿਓ।